ਬੱਚਿਆਂ ਦੀ ਰੋਜ਼ ਹੀ ਫਰਮਾਇਸ਼ ਹੁੰਦੀ ਹੈ ਕਿ ਮੰਮਾ ਬਿਰਿਆਨੀ ਬਣਾ ਦੇ, ਬਿਰਿਆਨੀ ਬਣਾ ਦੇ, ਅਤੇ ਅੱਜ ਇੰਨਾ ਫਰਮਾਇਸ਼ ਇਹਨਾਂ ਦੀ ਕਰਨ ਲੱਗੀ ਹੈ ਪੂਰੀ। ਅਤੇ ਇੱਕ ਸਾਈਡ ਮਤਲਬ ਗੋਸ਼ਤ ਇਹਨਾਂ ਦਾ ਫਰਾਈ ਕਰਨਾ ਰੱਖ ਦਿੱਤਾ, ਬਾਕੀ ਸਾਰੇ ਮਸਾਲੇ ਕੋਈ ਮੈਂ ਮਤਲਬ ਤਿਆਰ ਕਰ ਰੱਖ ਰਿਹਾ। ਅਤੇ ਦੂਸਰੇ ਚੁੱਲ੍ਹਾ ਤੇ ਆਪਣਾ ਅੱਧ ਗਿਲਾਸ ਇਹਨਾਂ ਨੇ ਮਤਲਬ ਕਿ ਪਾਣੀ ਉਬਲਣ ਵਾਸਤੇ ਰੱਖਿਆ, ਅਤੇ ਵਿੱਚ ਉਹਦੇ ਉੱਧਰ ਆਪਣਾ ਚਾਵਲ ਵਗੈਰਾ ਉਬਾਲਾਂਗੇ। ਕਿਉਂਕਿ ਟਾਈਮ ਜਿਹਾ ਨਾ ਕਾਫੀ ਮਤਲਬ ਜ਼ਿਆਦਾ ਸਾਰਾ ਹੋ ਗਿਆ, ਸ਼ਾਮ ਨਹੀਂ ਹੋਣ ਆ ਰਹੀ ਹੈ, ਅਤੇ ਮੈਂ ਕਿਹਾ ਜਲਦੀ ਜਲਦੀ ਮੇਰੇ ਬਿਰਿਆਨੀ ਵੀ ਤਿਆਰ ਹੋ ਜਾਏ, ਨਾਲੇ ਮੇਰੇ ਯੂਟਿਊਬ ਭੈਣ ਭਾਈ ਜਿਹੜੇ ਦੇਖਣ ਆਉਂਦੇ ਨੇ ਉਹਨਾਂ ਨਾਲ ਮਤਲਬ ਸ਼ੇਅਰ ਹੋ ਜਾਏ, ਉਹਨਾਂ ਨੂੰ ਦਿਖਾ ਲੈਣਾ। ਅਤੇ ਉੱਧਰ ਨਿਮਕ ਕਿਉਂਕਿ ਪਾਣੀ ਉੱਤੋਂ ਉਬਾਲ ਕਰਨ ਵਾਸਤੇ ਰੱਖ ਦਿੱਤਾ, ਵਿੱਚ ਨਿਮਕ ਵਿੱਚ ਗਰਮ ਮਸਾਲਾ ਪਾਵਾਂਗੇ, ਜਦੋਂ ਪਾਣੀ ਉਬਾਲਾ ਆ ਜਾਏਗਾ ਫਿਰ ਚਾਵਲ ਜਿਹੜੇ ਨੇ ਉਹ ਪਾ ਕੇ ਮਤਲਬ ਉਹਨਾਂ ਨੂੰ ਉਬਾਲ ਕੇ ਫਿਰ ਮਤਲਬ ਪਾਣੀ ਵਗੈਰਾ ਨਿਕਾਲ ਕੇ, ਅਤੇ ਬਾਕੀ ਪ੍ਰੋਸੀਜਰ ਜਿਹੜਾ ਨਾ ਬਣਾਉਣਾ ਜੀ। ਇੱਕ ਮਾਸ਼ਾਅੱਲਾ ਸੇ ਪਾਣੀ ਜੋ ਹੈ ਨਾ ਉਬਲਣੇ ਕੇ ਲਈ ਰੱਖਾ ਹੁਆ ਹੈ ਇੱਕ ਚੁੱਲ੍ਹੇ ਪੇ, ਇਸਕੇ ਅੰਦਰ ਡਾਲ ਰਹੀ ਹੂੰ ਨਿਮਕ ਔਰ ਸਾਥ ਹੀ ਥੋੜਾ ਸਾ ਮਤਲਬ ਇੱਕ ਜ਼ੀਰਾ ਵਗੈਰਾ ਵੋ ਡਾਲ ਦੇਂਗੇ, ਬਾਅਦ ਮੇਂ ਜਬ ਇਸਕੋ ਉਬਾਲਾ ਆ ਜਾਏਗਾ ਤੋ ਇਸਕੇ ਅੰਦਰ ਚਾਵਲ ਡਾਲ ਕੇ ਇਸਕੋ ਉਬਾਲ ਕੇ ਅੱਛੀ ਤਰ੍ਹਾਂ ਫਿਰ ਉਨਕਾ ਪਾਣੀ ਜੋ ਹੈ ਨਿਕਾਲ ਕੇ, ਬਾਕੀ ਸਾਰਾ ਪ੍ਰੋਸੀਜਰ ਜੋ ਹੈ ਨਾ ਵੋ ਯਹਾਂ ਪੇ ਕਰੂੰਗੀ, ਤੋ ਜਲਦੀ ਜਲਦੀ ਹੋ ਜਾਏਗੀ ਥੋੜਾ ਸਾ। ਤੋ ਸਭ ਤੋਂ ਪਹਿਲੇ ਜੋ ਹੈ ਮੈਂ ਮਤਲਬ ਹੈ ਕਿ ਆਪਣਾ ਗੋਸ਼ਤ ਫਰਾਈ ਕਰਨੇ ਕੇ ਲਈ ਰੱਖਾ ਹੈ, ਤੋ ਕਿਸ ਤਰ੍ਹਾਂ ਬਣਾਤੀ ਹੂੰ ਬਿਰਿਆਨੀ ਆਪਣੇ ਮਹਿਨ ਭਾਈਓ ਕੇ ਸਾਥ ਸ਼ੇਅਰ ਕਰੂੰਗੀ। ਤੋ ਇਸੀ ਕੇ ਅੰਦਰ ਮੈਂ ਨਾ ਥੋੜਾ ਸੀ ਜਿਹੜੇ ਨਾ 5-6 ਮਹੀਨੇ ਤਕਰੀਬਨ ਨਾ ਪਿਆਜ਼ ਵੀ ਹੈ, 1 ਕਿਲੋ ਮੇਰੇ ਚਿਕਨ ਹੈ, 1 ਕਿਲੋ ਚਾਵਲ ਹੈ, ਉਸਕੇ ਅੰਦਰ ਮਤਲਬ ਹੈ ਕਿ ਮੈਂ 5-6 ਦੇ ਮੈਂ ਸਾਈਜ਼ ਕੇ ਪਿਆਜ਼ ਲਈ ਹੈ, ਉਹ ਵੀ ਇਨਕੇ ਅੰਦਰ ਮਤਲਬ ਹੈ ਹਾਫ ਕਾਟ ਕੇ ਮੈਂ ਡਾਲ ਰਹੀ ਹੂੰ, ਇਸਕੇ ਅੰਦਰ ਕਰੂੰਗੀ ਫਰਾਈ, ਜਦ ਵੀ ਫਰਾਈ ਹੋ ਜਾਏਗੀ ਅੰਦਰ ਸੇ ਇਨਕੋ ਮੈਂ ਨਿਕਾਲ ਲੂੰਗੀ। ਤੋ ਟਮਾਟਰ ਜੋ ਹੈ ਨਾ ਵੀ ਕੱਟ ਕਰਕੇ ਇਸਕੇ ਅੰਦਰ ਡਾਲੂੰਗੀ, ਬੇਟਾ ਛੁਰੀ ਕੀ ਤਰ੍ਹਾਂ ਛੁਰੀ ਮੁਝੇ ਦੇ ਦਾ। ਬਾਕੀ ਮਾਸ਼ਾਅੱਲਾ ਤਰੀਕਾ ਕਾ ਜਿਹੜਾ ਨਾ ਮੈਂ ਕਿਸ ਤਰ੍ਹਾਂ ਬਿਰਿਆਨੀ ਬਣਾਉਂਦੀ ਹਾਂ ਔਰ ਲੈ ਕੇ ਆਪਣੇ ਸਾਰੇ ਭੈਣ ਭਾਈਆਂ ਨਾਲ ਆਪਣਾ ਜਿਹੜਾ ਨਾ ਸ਼ੇਅਰ ਕਰਾਂਗੇ ਮਾਸ਼ਾਅੱਲਾ ਜਿਹੜਾ ਨਾ।
ਆਪਣਾ ਗੋਸ਼ਤ ਹੈ ਆਪਣਾ ਫਰਾਈ ਹੋ ਚੁੱਕਾ। ਇਸ ਵਿੱਚ ਜ਼ਰੂਰ ਪਾਉਣ ਲੱਗੀਆਂ ਮਿਰਚਾਂ, ਨਿੰਮਕ, ਸਾਬਤ ਗਰਮ ਮਸਾਲਾ, ਸਾਬਤ ਧਨੀਆ, ਬਾਕੀ ਜਿਹੜੇ ਨਾ ਪੀਸੇ ਜਿਹੜੇ ਨਾ ਜੀਰਾ ਵਗੈਰਾ, ਟਮਾਟਰ, ਲਹਿਸਣ, ਅਦਰਕ, ਜਿੰਨਾ ਮੈਂ ਪੇਸਟ ਬਣਾਇਆ ਸੀ ਮੈਂ ਤੁਹਾਨੂੰ ਦਿਖਾਇਆ, ਜੇ ਸਗੋਂ ਸਾਰਾ ਪੇਸਟ ਬਣਾ ਲਿਆ ਮੈਂ ਬਣਾ ਕੇ, ਦਹੀਂ ਨੂੰ ਜਿਹੜਾ ਨਾ ਆਪਾਂ ਗੋਸ਼ਤ ਪਾ ਫਰਾਈ ਕਰ ਲਈ, ਗੋਸ਼ਤ ਚੰਗਾ ਤੇਰਾ ਦੇਖੋ ਫਰਾਈ ਕੀਤਾ ਮੇਰਾ ਸੁਰਖ ਹੋ ਚੁੱਕਿਆ, ਤੁਹਾਨੂੰ ਬਾਕੀ ਜਿਹੜੇ ਮਸਾਲੇ ਸਾਰੇ ਵਿੱਚ ਪਾਉਣ ਲੱਗੀਆਂ, ਇਹਨਾਂ ਨੇ ਆਪਣਾ ਕਰਾਂਗੇ ਫਰਾਈ। ਟਮਾਟਰ ਤਾਂ ਪਹਿਲੇ ਵਿੱਚ ਮੈਂ ਫਰਾਈ ਕਰ ਲਿਆ ਸੀ, ਪਿਆਜ਼ ਵਿੱਚ ਪਹਿਲੇ ਫਰਾਈ ਕਰ ਲਿਆ ਸੀ, ਮਤਲਬ ਮੈਂ ਹੁਣ ਥੋੜ੍ਹਾ ਜਿਹਾ ਮਸਾਲਾ ਵੀ ਕਰਾਂਗੀ, ਦੋ ਤੋਂ ਤਿੰਨ ਮਿੰਟ ਬਣਾਈ, ਬਣਾਈ ਕਰਨ ਤੋਂ ਬਾਅਦ ਫਿਰ ਇਨਸ਼ਾਅੱਲਾ ਜਿਹੜਾ ਨਾ ਬਿਰਿਆਨੀ ਦਮ 'ਤੇ ਲਗਾ ਲਵਾਂਗੇ। ਅਤੇ ਹੁਣ ਜਿਹੜਾ ਨਾ ਆਪਣਾ ਚਾਵਲ ਉਹ ਵਿੱਚ ਮੈਂ ਪਾ ਦਿੱਤੇ ਨੇ, ਉਹਨਾਂ ਦਾ ਆਪਣਾ ਜਿਹੜਾ ਨਾ ਪਾਣੀ ਲਗਾ ਕੇ ਫਿਰ ਜਿਹੜਾ ਨਾ ਆਪਣਾ ਬਾਕੀ ਪਰੋਸੇ ਜਿਹੜੇ ਨਾ ਉਹ ਤਿਆਰ ਕਰ ਲੈਂਦੇ ਹਾਂ। ਅਭੀ ਮਾਸ਼ਾਅੱਲਾ ਸੇ ਜੋ ਚਾਵਲੋਂ ਖੁੰਦਾ ਸੇ ਪਾਣੀ ਵੀ ਨਿਕਾਲ ਲਿਆ, ਉਬਲ ਚੁੱਕੇ ਹੈ, ਮਸਾਲਾ ਜੋ ਹੈ ਨਾ ਗੋਸ਼ਤ ਵਾਲਾ ਉਹ ਵੀ ਤਿਆਰ ਹੋ ਚੁੱਕਾ ਹੈ, ਔਰ ਸਾਥ ਜੋ ਨਾ ਸਬਜ਼ ਮਸਾਲਾ ਉਹ ਵੀ ਮੈਂ ਤਿਆਰ ਕਰ ਲਿਆ, ਹਰ ਚੀਜ਼ ਹੈ ਤਿਆਰ। ਤੋ ਅਬ ਜੋ ਲਗਾਉਣੇ ਲੱਗੀ ਦਮ, ਮੇਰਾ ਮੁਝੇ ਵੀ ਦਮ ਆ ਚੁੱਕਾ, ਗਰਮੀ ਇਤਨੀ ਜ਼ਿਆਦਾ ਹੈ, ਪਸੀਨੇ ਸੇ ਬੁਰਾ ਹਾਲ ਹੋ ਚੁੱਕਾ। ਬਿਸਮਿਲ੍ਲਾ ਰਹਿਮਾਨ ਰਹੀਮ, ਸਭਸੇ ਨੀਚੇ ਜੋ ਨਾ ਸਭਸੇ ਪਹਿਲੇ ਜੋ ਨਾ ਚਾਵਲੋਂ ਕੀਤਾ ਹੈ, ਮੈਂ ਲਗਾਉਣੇ ਲੱਗੀ ਹੂੰ। ਅਗਰ ਕੋਈ ਕਮੀ ਪੇਸ਼ੀ ਹੋ ਤਾਂ ਮੇਰੇ ਵਲੋਗ ਮੈਂ ਤਾਂ ਜ਼ਰੂਰ ਮਤਲਬ ਵੀਡੀਓ ਖਾਣੇ ਵਾਲੇ ਮੈਂ ਬਿਰਿਆਨੀ ਵਾਲੇ ਮੈਂ ਜ਼ਰੂਰ ਕਮੈਂਟਸ ਕਰਕੇ ਆਪਨੇ ਬਤਾਉਣਾ ਹੈ। ਬਿਸਮਿਲ੍ਲਾ ਕਭੀ ਕਭੀ ਮਤਲਬ ਜਲਦੀ ਮੈਂ ਖਾਣਾ ਬਣਾਤੇ ਹੋਏ ਕੁਛ ਨਾ ਕੁਛ ਬੰਦਾ ਭੁੱਲ ਜਾਤਾ ਹੈ ਬਤਾਉਣੇ ਮੈਂ, ਕਿਉਂ ਗਰਮ ਮਸਾਲੇ ਜੋ ਥੇ ਨਾ ਸਾਰੇ ਮੈਂ ਮਤਲਬ ਪੀਸ ਕੇ ਗ੍ਰੈਂਡ ਕਰਕੇ ਉਹ ਇਸ ਅੰਦਰ ਡਾਲੇ ਹੈ, ਔਰ ਨੈਸ਼ ਬਿਰਿਆਨੀ ਮਸਾਲੇ ਕਾ ਪੈਕਟ ਵੀ ਹੋਣਾ ਉਹ ਵੀ ਡਾਲਾ, ਉਸ ਖੁਸ਼ਬੂ ਵੀ ਹੋਣਾ ਬਹੁਤ ਮਜ਼ੇ ਕੀ ਔਰ ਜ਼ਬਰਦਸਤ। ਬਾਕੀ ਇਹ ਕਿਆ ਉੱਪਰ ਸੇ ਔਰ ਲਗਾਤਾ, ਬਾਕੀ ਮਾਸ਼ਾਅੱਲਾ ਸੇ ਇਹ ਮਾਰੀ ਦੂਸਰੀ ਤਹਿ ਜੋ ਨਾ ਉਹ ਵੀ ਮੁਕੰਮਲ ਹੋ ਚੁੱਕੀ ਹੈ। ਬਿਸਮਿਲ੍ਲਾ ਰਹਿਮਾਨ, ਉਬਲਤੇ ਹੋਏ ਪਾਣੀ ਮੈਂ ਇੱਕ ਨਿੰਬੂ ਕਾ ਰਸ, ਨਮਕ ਔਰ ਗਰਮ ਮਸਾਲਾ ਇੱਕ ਚਮਚ ਡਾਲ ਲਿਆ, ਬਹੁਤ ਹੀ ਮਜ਼ੇ ਕਾ ਮਤਲਬ ਹੈ ਕਿ ਟੇਸਟ ਔਰ ਫਲੇਵਰ ਜੋ ਨਾ ਇਸਕਾ। ਅਬ ਮਾਸ਼ਾਅੱਲਾ ਆਖਰੀ ਪ੍ਰੋਸੀਜਰ, ਮਾਸ਼ਾਅੱਲਾ ਜੀ ਚੈੱਕ ਕਰੇ, ਬਾਕੀ ਉੱਪਰ ਸੇ ਇਸਕੋ ਲਗਾਤੇ ਹੈ, ਥੋੜ੍ਹਾ ਸਾ ਮੈਂ ਚਾਵਲ ਰੱਖੇ ਹੈ ਔਰ ਇਸਕੇ ਉੱਪਰ ਜੋ ਹੈ ਨਾ ਸਬਜ਼ ਮਸਾਲਾ ਉਹ ਡਾਲ ਕੇ, ਆਜ ਨਿੰਬੂ ਜੋ ਹੈ ਨਾ ਉਹ ਨਹੀਂ ਮਿਲਾ, ਬਾਕੀ ਤੋਂ ਸਾਰੇ ਮਸਾਲੇ ਸਬਜ਼ ਹੈ ਇਸਕੇ ਅੰਦਰ ਡਾਲ ਰਹੇ ਹਾਂ, ਔਰ ਉੱਪਰ ਸੇ ਜੋ ਹੈ ਨਾ ਜ਼ਰਦਾ ਰੰਗ। ਬਿਸਮਿਲ੍ਲਾ ਰਹਿਮਾਨ, ਅਬ ਇਸਕੋ ਕਰਤੇ ਹੈ ਕਵਰ, ਉੱਪਰ ਸੇ ਇਸਕੋ ਲਗਾਤੇ ਹੈ ਦਮ। ਇੱਥੇ ਆਪਣਾ ਜਿਹੜਾ ਨਾ ਸੱਚੀ ਪੁੱਛੋ ਤਾਂ ਬਿਰਿਆਨੀ ਬਣਾਉਂਦਿਆਂ ਬਣਾਉਂਦਿਆਂ ਨਾ ਕਾਫੀ ਜਿਹੜਾ ਨਾ ਲੇਟ ਹੋ ਗਈ, ਇੱਥੇ ਲੱਗੀ ਵੀ ਲੇਟ ਸੀ ਆਪਣਾ ਮਾਸ਼ਾਅੱਲਾ ਜਿਹੜਾ ਨਾ, ਫਿਰ ਵਿੱਚ ਮੀਆਂ ਸਾਹਿਬ ਵੀ ਬਾਹਰ ਖੇਤਾਂ 'ਚ ਕੰਮ ਕਰਨ ਗਿਆ ਹੋਇਆ ਸੀ, ਤਾਂ ਉੱਧਰ ਵੀ ਪਾਣੀ ਲੈ ਕੇ ਜਾਣਾ ਪਿਆ, ਦਮ ਲਗਾ ਕੇ ਉੱਧਰ ਚਲੇ ਗਏ, ਅਤੇ ਆਪਣਾ ਖੇਤ ਦਾ ਕੰਮ ਸੀ ਉਹ ਚੱਲ ਰਿਹਾ। ਅਤੇ ਹੁਣ ਮਾਸ਼ਾਅੱਲਾ ਦੇਖੋ ਮੇਰੀ ਬਿਰਿਆਨੀ ਜਿਹੜੀ ਨਾ ਪੱਕ ਕੇ ਤਿਆਰ ਹੋ ਚੁੱਕੀ, ਅਤੇ ਮੈਂ ਆ ਕੇ ਆਪਣੀ ਭੈਣ ਮਾਈਆਂ ਨਾਲ ਸ਼ੇਅਰ ਕਰ ਲਵਾਂ। ਅਤੇ ਹੁਣ ਮੈਂ ਕੀ ਤੁਹਾਨੂੰ ਕਹਿਣਾ ਪਿਆ, ਆਪਣਾ ਕਮੈਂਟਸ ਕਰਕੇ ਦੱਸਿਆ ਜੇ ਰਾਤ ਹੈ ਤਾਂ ਮਤਲਬ ਹਨੇਰਾ ਹੋ ਚੁੱਕਿਆ ਕਾਫੀ ਜ਼ਿਆਦਾ ਸਾਰਾ, ਤਾਂ ਫਿਰ ਵੀ ਕਮੈਂਟਸ ਕਰਕੇ ਦੱਸਿਆ ਜੇ ਕਿ ਮੇਰੀ ਇਹ ਬੰਬਈ ਬਿਰਿਆਨੀ ਜਿਹੜੀ ਮੈਂ ਕਿਸ ਤਰ੍ਹਾਂ ਦੇਖੀ, ਅਤੇ ਸਾਰਿਆਂ ਨੇ ਲੱਗੀ ਬੁੱਕ ਦੇ ਆਪਣਾ ਅਸੀਂ ਕਰ ਰਹੇ ਖਾਣਾ ਕਰਦੇ ਸ਼ੁਰੂ, ਅਤੇ ਅੱਲਾ ਪਾਕ